ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਇਸ ਵਲੇ ਦੀ ਬਹੁਤ ਹੀ ਅਹਿਮ ਅਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਜ ਸਵੇਰੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਕੁਝ ਹੀ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਕਾਂਗਰਸ ਪ੍ਰਧਾਨ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਉਣ ਕੇ ਉਹਨਾਂ ਦੇ ਸਵਾਗਤ ਦੇ ਵਿੱਚ ਢੋਲੀ ਜਿਹੜੇ ਨੇ ਪਹੁੰਚ ਜਾਂਦੇ ਨੇ ਉਹਨਾਂ ਦੇ ਕੁਝ ਸਮਰਥਕ ਉਹਨਾਂ ਦੇ ਸਾਥੀ ਜਿਹੜੇ ਨੇ ਸੈਂਟਰਲ ਜੇਲ ਪਟਿਆਲਾ ਦੇ ਬਾਹਰ ਪਹੁੰਹਦੇ ਅਤੇ ਭੰਗੜੇ ਪਾਉਂਦੇ ਉੱਥੇ ਸੈਂਟਰਲ ਜੇਲ ਦੇ ਬਾਹਰ ਜਾ ਕੇ ਪਹੁੰਹਦੇ ਆ ਕਿਉਂਕਿ ਸਵਾਗਤ ਦੇ ਵਿੱਚ ਉਹ ਪਹੁੰਚੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅੱਜ ਸ਼ਾਮ ਤੱਕ ਬਾਹਰ ਆ ਸਕਦੇ ਜਿਸ ਕਰਕੇ ਅੱਜ ਸਵੇਰ ਤੋਂ ਹੀ ਉਹਨਾਂ ਦੇ ਸਮਰਥਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਜਿਹੜੀ ਹੈ ਪਾਈ ਜਾ ਰਹੀ ਹੈ ਜਿਸ ਕਰਕੇ ਉਹਨਾਂ ਦੇ ਸਮਰਥਕ ਉਹਨਾਂ ਦਾ ਬੇਟਾ ਜਿਹੜਾ ਹੈ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਆ ਆਪਣੇ ਪਿਤਾ ਵਾਸਤੇ ਨਵਜੋਤ ਸਿੱਧੂ ਵਾਸਤੇ ਢੋਲੀ ਬੁਲਾ ਕੇ ਭੰਗੜੇ ਬੈਂਡਵਾਜਿਆਂ ਦੇ ਨਾਲ ਉਹਨਾਂ ਦਾ ਸਵਾਗਤ ਜਿਹੜਾ ਕਰਨ ਵਾਸਤੇ ਉਹਨਾਂ ਦੇ ਸਾਥੀ ਅਤੇ ਸਮਰਥਕ ਜੋ ਨੇ ਪਹੁੰਚੇ ਹੋਏ ਨੇ ਪਰ ਇਹ ਸਭ ਦੇ ਵਿਚਾਰੇ ਜੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੇਲ੍ਹ ਤੋਂ ਬਾਹਰ ਹੀ ਨਹੀਂ ਆਏ ਤੇ ਉਸ ਵਿਚਾਰੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਜੜੀਆਂ ਨੇ ਵਧਦੀਆਂ ਹੋਏ ਨਜ਼ਰ ਆ ਰਹੀਆਂ ਜੇ ਕਹਿ ਲੋ ਕਿ ਨਵਜੋਤ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਆਉਂਦਿਆਂ ਸਾਰ ਇੱਕ ਵੱਡਾ ਝਟਕਾ ਮਿਲਣ ਵਾਲਾ ਜਿहां ਨਵਜੋਤ ਸਿੰਘ ਸਿੱਧੂ ਦੇ ਕੋਲੇ ਜਿਹੜੀ Z ਸਿਕਿਉਰਿਟੀ ਸੀ ਉਹ ਸਿਕਿਉਰਿਟੀ ਹੁਣ ਖੋਲੀ ਗਈ ਹੈ ਜਿहां Z ਸਿਕਿਉਰਿਟੀ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੋਈ ਸੀ ਤੇ ਉਹ ਸਿਕਿਉਰਿਟੀ ਜੇਲ੍ਹ ਤੋਂ ਬਾਹਰ ਆਉਂਦਿਆਂ ਸਾਰ ਹੀ ਖੋਲ ਹੀ ਜਾਏਗੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਪਹਿਲਾਂ Z ਸੀ ਅਤੇ ਹੁਣ Y ਸ਼੍ਰੇਣੀ ਦੀ ਸਿਕਿ ਜੋਟੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਵੇਗੀ ਤਾਂ ਇੱਕ ਪਾਸੇ ਜੇਲ੍ਹ ਦੇ ਵਿੱਚੋਂ 320 ਦਿਨਾਂ ਦੇ ਬਾਅਦ ਬਾਹਰ ਹੋਣਾ ਤੇ ਦੂਜੀ ਹੀ ਪਾਸੇ ਇੱਕ ਵੱਡਾ ਝਟਕਾ ਲੱਗ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤਾਂ ਇਸ ਵਿਚਾਲੇ ਜੋ ਸਿੱਧੂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਕਿਉਂਕਿ ਪੂਰੇ 320 ਦਿਨਾਂ ਦੇ ਬਾਅਦ ਹਾਲਾਂਕਿ ਸਜ਼ਾ ਤਾਂ ਪੂਰੇ 365 ਦਿਨਾਂ ਦੀ ਸੀ ਪਰ ਚੰਗੀ ਆਚਣ ਦੇ ਕਰਕੇ ਉਹਨਾਂ ਦੀ 45 ਦਿਨਾਂ ਦੀ ਸਜ਼ਾ ਜੜੀ ਹੈ ਘਟਾ ਦਿੱਤੀ ਗਈ ਹੈ ਜਿਸ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ 45 ਦਿਨ ਪਹਿਲਾਂ ਯਾਨੀ ਕਿ 320 ਦਿਨਾਂ ਦੇ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਜੀ ਹਾਂ ਦੱਸ ਦਈਏ ਕਿ 19 ਮਈ 2022 ਨੂੰ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਆਇਆ ਸੀ ਸਜ਼ਾ ਮਿਲੀ ਸੀ ਤੇ 20 20 ਮੈਨੂੰ ਨਵਜੋਤ ਸਿੰਘ ਸਿੱਧੂ ਜੋਨੇ ਖੁਦ ਬਖੁਦ ਸਰੈਂਡਰ ਕਰ ਦਿੰਦੀ ਹੈ ਤੇ ਉਸ ਮੁਤਾਬਿਕ 19 ਮਈ ਵਾਲੇ ਦਿਨ ਹੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਹੈ ਬਣ ਦੇ 1 ਸਾਲ ਦੇ ਮੁਤਾਬਿਕ ਹੋਣੀ ਸੀ ਤਾਂ ਚੰਗੇ ਆਚਰਣ ਕਰਕੇ ਅਤੇ ਛੁੱਟੀ ਨਾ ਲੈਣ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ 365 ਦਿਨਾਂ ਦੇ ਬਜਾਏ 320 ਦਿਨਾਂ ਦੇ ਵਿੱਚ ਯਾਨੀ ਕਿ 45 ਦਿਨ ਪਹਿਲਾਂ ਹੀ ਸਿੱਧੂ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਰਹੇ ਨੇ ਖੈਰ ਉਹਨਾਂ ਦੇ ਸਮਰਥਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਕੁਝ ਹੀ ਸਮੇਂ ਦੇ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਜਾਣਗੇ ਖੈਰ ਜੇਲ੍ਹ ਤੋਂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣਾ ਪਹਿਲਾ ਬਿਆਨ ਵੀ ਜੁੜਾਇਆ ਮੀਡੀਆ ਦੇ ਨਾਲ ਜ਼ਰੂਰ ਸਾਂਝਾ ਕਰਨ ਕਿ ਇਸ ਖਬਰ ਦੇ ਬਾਰੇ ਕੀ ਨੇ ਤੁਹਾਡੇ ਵਿਚਾਰ ਤੇ ਤੁਹਾਨੂੰ ਕਿੰਨੀ ਕ ਖੁਸ਼ੀ ਹੈ ਨਵਜੋਤ ਸਿੱਧੂ ਦੇ ਬਾਹਰ ਆਉਣ ਦੀ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਹੋਰ ਵੀ ਪਲਪਲ ਦੀ ਅਪਡੇਟ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ